ਜੀ ਕੱਲ ਰਾਤ ਕਰੀਬ 1:30 ਵਜੇ ਪਿੰਡ ਠੀਕਰੀਵਾਲ ਵਿਖੇ ਇੱਕ ਦੋਹਰੇ ਕਤਲ ਕੇਸ ਦਾ ਜਿਹੜਾ ਮਾਮਲਾ ਸਾਹਮਣੇ ਆਇਆ ਹੈ, ਜਿਹਦੇ ਵਿੱਚ ਮ੍ਰਿਤਕ ਮਨਪ੍ਰੀਤ ਕੌਰ ਪੁੱਤਰੀ ਭੋਲਾ ਸਿੰਘ ਜਿਹਦੀ ਉਮਰ ਕਰੀਬ 25 ਸਾਲ ਸੀ ਤੇ ਗੁਰਦੀਪ ਸਿੰਘ ਪੁੱਤਰ ਰੂਪ ਸਿੰਘ ਜਿਹਦੀ ਉਮਰ ਕਰੀਬ 30 ਸਾਲ ਸੀ, ਇਹਨਾਂ ਦੋਨਾਂ ਦਾ ਜਿਹੜਾ ਕਤਲ ਕੀਤਾ ਗਿਆ। ਜਿਹੜੀ ਮਨਪ੍ਰੀਤ ਕੌਰ ਹੈ ਇਹਦਾ ਗਲਾ ਘੁੱਟ ਕੇ ਤੇ ਗੁਰਦੀਪ ਸਿੰਘ ਦਾ ਸਿਰ ਦੇ ਵਿੱਚ ਗੜਾਸੇ ਦਾ ਵਾਰ ਕਰਕੇ ਜਿਹੜਾ ਇਹਦਾ ਕਤਲ ਕੀਤਾ ਗਿਆ। ਕੀ ਕਾਰਨ ਲੱਗਦਾ ਸਰ ਕਤਲ ਦਾ? ਇਹ ਜੀ ਸ਼ੁਰੂਆਤੀ ਇਨਵੈਸਟੀਗੇਸ਼ਨ ਦੇ ਵਿੱਚ ਇੱਕ ਓਨਰ ਕਿਲਿੰਗ ਦਾ ਮਾਮਲਾ ਸਾਹਮਣੇ ਆਇਆ। ਜਿਹੜੇ ਦੋਨੋਂ ਮ੍ਰਿਤਕ ਨੇ ਮਨਪ੍ਰੀਤ ਕੌਰ ਅਤੇ ਗੁਰਦੀਪ ਸਿੰਘ, ਇਹਨਾਂ ਦੇ ਆਪਸ ਵਿੱਚ ਕਾਫੀ ਲੰਬੇ ਸਮੇਂ ਤੋਂ ਜਿਹੜੇ ਸੰਬੰਧ ਸਨ, ਜਿਸ ਦੇ ਬਾਰੇ ਕੱਲ੍ਹ ਰਾਤ ਮ੍ਰਿਤਕ ਲੜਕੀ ਮਨਪ੍ਰੀਤ ਕੌਰ ਦੇ ਪਿਤਾ ਭੋਲਾ ਸਿੰਘ ਨੂੰ ਪਤਾ ਲੱਗ ਗਿਆ ਜਦੋਂ ਉਸਨੇ ਗੁਰਦੀਪ ਸਿੰਘ ਨੂੰ ਆਪਣੇ ਘਰ ਦੇਖ ਲਿਆ ਰਾਤ ਦੇ ਟਾਈਮ। ਅਤੇ ਉਸੇ ਟਾਈਮ 'ਤੇ ਜਿਹੜਾ ਭੋਲਾ ਸਿੰਘ ਅਤੇ ਉਹਦੇ ਪੁੱਤਰ ਸੁਖਵੀਰ ਸਿੰਘ ਦੋਨਾਂ ਨੇ ਮਿਲ ਕੇ ਪਹਿਲਾਂ ਗੁਰਦੀਪ ਸਿੰਘ ਨੂੰ ਗੜਾਸਿਆਂ ਦੇ ਨਾਲ ਵਾਰ ਕਰਕੇ ਮਾਰ ਦਿੱਤਾ ਅਤੇ ਉਸ ਤੋਂ ਬਾਅਦ ਆਪਣੀ ਕੁੜੀ ਮਨਪ੍ਰੀਤ ਕੌਰ ਨੂੰ ਵੀ ਗਲਾ ਘੁੱਟ ਕੇ ਉਹਨਾਂ ਨੇ ਉਹਦਾ ਕਤਲ ਕਰ ਦਿੱਤਾ। ਕੀ ਕਰ ਰਹੀ ਆ ਜੀ? ਦੇਖੋ, ਥਾਣਾ ਸਦਰ ਬਰਨਾਲਾ ਵਿਖੇ ਮ੍ਰਿਤਕ ਗੁਰਦੀਪ ਸਿੰਘ ਦੇ ਭਰਾ ਦੇ ਬਿਆਨਾਂ ਦੇ ਉੱਤੇ FIR ਅਧੀਨ ਧਾਰਾ 302 ਅਤੇ 34 IPC ਬਰਖਿਲਾਫ਼ ਦੋਸ਼ੀ ਭੋਲਾ ਸਿੰਘ ਪੁੱਤਰ ਭਾਨ ਸਿੰਘ ਵਾਸੀ ਠੀਕਰੀਵਾਲ ਅਤੇ ਸੁਖਵੀਰ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਠੀਕਰੀਵਾਲ ਜਿਹੜਾ ਦਰਜ ਕੀਤਾ ਗਿਆ। ਹਾਂਜੀ, ਦੋਨੋਂ ਲਾਸ਼ਾਂ ਨੂੰ ਕਬਜ਼ਾ ਵਿੱਚ ਲੈ ਕੇ ਸਿਵਲ ਹਸਪਤਾਲ ਬਰਨਾਲਾ ਵਿਖੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਜੀ ਕੱਲ੍ਹ ਰਾਤ ਕਰੀਬ 1:30 ਵਜੇ ਪਿੰਡ ਠੀਕਰੀਵਾਲ ਵਿਖੇ ਇੱਕ ਦੋਹਰੇ ਕਤਲ ਕੇਸ ਦਾ ਜਿਹੜਾ ਮਾਮਲਾ ਸਾਹਮਣੇ ਆਇਆ, ਜਿਹਦੇ ਵਿੱਚ ਮ੍ਰਿਤਕ ਮਨਪ੍ਰੀਤ ਕੌਰ ਪੁੱਤਰੀ ਭੋਲਾ ਸਿੰਘ ਜਿਹਦੀ ਉਮਰ ਕਰੀਬ 25 ਸਾਲ ਸੀ ਅਤੇ ਗੁਰਦੀਪ ਸਿੰਘ ਪੁੱਤਰ ਰੂਪ ਸਿੰਘ ਜਿਹਦੀ ਉਮਰ ਕਰੀਬ 30 ਸਾਲ ਸੀ, ਇਹਨਾਂ ਦੋਨਾਂ ਦਾ ਜਿਹੜਾ ਕਤਲ ਕੀਤਾ ਗਿਆ। ਜਿਹੜੀ ਮਨਪ੍ਰੀਤ ਕੌਰ ਹੈ ਇਹਦਾ ਗਲਾ ਘੁੱਟ ਕੇ ਅਤੇ ਗੁਰਦੀਪ ਸਿੰਘ ਦਾ ਸਿਰ ਦੇ ਵਿੱਚ ਗੜਾਸੇ ਦਾ ਵਾਰ ਕਰਕੇ ਜਿਹੜਾ ਇਹਦਾ ਕਤਲ ਕੀਤਾ ਗਿਆ। ਕੀ ਕਾਰਨ ਲੱਗਦਾ ਸਰ ਕਤਲ ਦਾ? ਇਹ ਜੀ ਸ਼ੁਰੂਆਤੀ ਇਨਵੈਸਟੀਗੇਸ਼ਨ ਦੇ ਵਿੱਚ ਇੱਕ ਓਨਰ ਕਿਲਿੰਗ ਦਾ ਮਾਮਲਾ ਸਾਹਮਣੇ ਆਇਆ। ਜਿਹੜੇ ਦੋਨੋਂ ਮ੍ਰਿਤਕ ਨੇ ਮਨਪ੍ਰੀਤ ਕੌਰ ਅਤੇ ਗੁਰਦੀਪ ਸਿੰਘ, ਇਹਨਾਂ ਦੇ ਆਪਸ ਵਿੱਚ ਕਾਫੀ ਲੰਬੇ ਸਮੇਂ ਤੋਂ ਜਿਹੜੇ ਸੰਬੰਧ ਸਨ, ਜਿਸ ਦੇ ਬਾਰੇ ਕੱਲ੍ਹ ਰਾਤ ਮ੍ਰਿਤਕ ਲੜਕੀ ਮਨਪ੍ਰੀਤ ਕੌਰ ਦੇ ਪਿਤਾ ਭੋਲਾ ਸਿੰਘ ਨੂੰ ਪਤਾ ਲੱਗ ਗਿਆ ਜਦੋਂ ਉਸਨੇ ਗੁਰਦੀਪ ਸਿੰਘ ਨੂੰ ਆਪਣੇ ਘਰ ਦੇਖ ਲਿਆ ਰਾਤ ਦੇ ਟਾਈਮ। ਅਤੇ ਉਸੇ ਟਾਈਮ 'ਤੇ ਜਿਹੜਾ ਭੋਲਾ ਸਿੰਘ ਅਤੇ ਉਹਦੇ ਪੁੱਤਰ ਸੁਖਵੀਰ ਸਿੰਘ ਦੋਨਾਂ ਨੇ ਮਿਲ ਕੇ ਪਹਿਲਾਂ ਗੁਰਦੀਪ ਸਿੰਘ ਨੂੰ ਗੜਾਸਿਆਂ ਦੇ ਨਾਲ ਵਾਰ ਕਰਕੇ ਮਾਰ ਦਿੱਤਾ ਅਤੇ ਉਸ ਤੋਂ ਬਾਅਦ ਆਪਣੀ ਕੁੜੀ ਮਨਪ੍ਰੀਤ ਕੌਰ ਨੂੰ ਵੀ ਗਲਾ ਘੁੱਟ ਕੇ ਉਹਨਾਂ ਨੇ ਉਹਦਾ ਕਤਲ ਕਰ ਦਿੱਤਾ। ਕੀ ਕਰ ਰਹੀ ਆ ਜੀ? ਜੀ ਦੇਖੋ, ਥਾਣਾ ਸਦਰ ਬਰਨਾਲਾ ਵਿਖੇ ਮ੍ਰਿਤਕ ਗੁਰਦੀਪ ਸਿੰਘ ਦੇ ਭਰਾ ਦੇ ਬਿਆਨਾਂ ਦੇ ਉੱਤੇ FIR ਅਧੀਨ ਧਾਰਾ 302 ਅਤੇ 34 IPC ਬਰਖਿਲਾਫ਼ ਦੋਸ਼ੀ ਭੋਲਾ ਸਿੰਘ ਪੁੱਤਰ ਭਾਨ ਸਿੰਘ ਵਾਸੀ ਠੀਕਰੀਵਾਲ ਅਤੇ ਸੁਖਵੀਰ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਠੀਕਰੀਵਾਲ ਜਿਹੜਾ ਦਰਜ ਕੀਤਾ ਗਿਆ। ਹਾਂਜੀ, ਦੋਨੋਂ ਲਾਸ਼ਾਂ ਨੂੰ ਕਬਜ਼ਾ ਵਿੱਚ ਲੈ ਕੇ ਸਿਵਲ ਹਸਪਤਾਲ ਬਰਨਾਲਾ ਵਿਖੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ।